ਵੈਲਕਮ ਟੂ ਮਾਈ ਚੈਨਲ। ਅੱਜ ਅਸੀਂ ਕੋਈ ਇਸ ਤਰ੍ਹਾਂ ਦੀ ਚੀਜ਼ ਬਣਾਵਾਂਗੇ ਜਿਹੜੀ ਬਹੁਤ ਖੁਸ਼ਬੂਦਾਰ ਔਰ ਟੇਸਟੀ ਹੋਊਗੀ। ਘਰ ਦੇ ਵਿੱਚ ਬਣੀ ਹੋਈ ਚੀਜ਼ ਵੈਸੇ ਵੀ ਹੈਲਦੀ ਹੁੰਦੀ ਆ। ਅੱਜ ਕੱਲ੍ਹ ਜਿੱਦਾਂ ਤਿਉਹਾਰਾਂ ਦੇ ਦਿਨ ਚੱਲ ਰਹੇ ਆ ਅਤੇ ਅਸੀਂ ਆਮ ਹੀ ਬਾਹਰੋਂ ਮਠਿਆਈ, ਕੁਛ ਨਮਕੀਨ ਪਾਰੇ, ਮਟਰੀ ਆਪਾਂ ਲੈ ਕੇ ਆਉਂਦੇ ਰਹਿੰਦੇ ਹਾਂ, ਕਿਉਂਕਿ ਬਾਜ਼ਾਰ ਵਿੱਚ ਜਦੋਂ ਅਸੀਂ ਜਾਂਦੇ ਹਾਂ ਤਾਂ ਇਹਨਾਂ ਦੀ ਖੁਸ਼ਬੂ ਬਹੁਤ ਵਧੀਆ ਹੁੰਦੀ ਆ। ਸਾਡਾ ਮਨ ਕਰ ਆਉਂਦਾ ਆ ਕਿ ਅਸੀਂ ਇਹ ਖਾਈਏ ਔਰ ਅਸੀਂ ਲੈ ਵੀ ਆਈਦਾ, ਪਰ ਉਹਦੇ ਪਿੱਛੇ ਇਹ ਨਹੀਂ ਪਤਾ ਹੁੰਦਾ ਕਿ ਇਹ ਸਾਫ਼ ਸਫਾਈ ਦੇ ਨਾਲ ਬਣੀ ਹੋਈ ਆ ਜਾਂ ਨਹੀਂ। ਅਸੀਂ ਅੱਜ ਤੁਹਾਨੂੰ ਮਟਰੀ ਘਰ ਵਿੱਚ ਬਣਾਉਣੀ ਸਿਖਾਵਾਂਗੇ, ਬਹੁਤ ਸੌਖੇ ਤਰੀਕੇ ਦੇ ਨਾਲ, ਹੈਲਦੀ ਵੇ ਦੇ ਨਾਲ, ਜਿਹਦੇ ਨਾਲ ਬੱਚੇ ਵੀ ਖੁਸ਼ ਹੋ ਜਾਏ ਇਹਨੂੰ, ਅਤੇ ਸਾਫ਼ ਸੁਥਰੇ ਢੰਗ ਨਾਲ ਅਸੀਂ ਜਿਹੜੀ ਬਣਾਉਣੀ ਆ ਅਤੇ ਸਾਨੂੰ ਪਤਾ ਹੁੰਦਾ ਕਿ ਬਿਲਕੁਲ ਸਾਫ਼ ਸੁਥਰੀ ਚੀਜ਼ ਹੈਗੀ ਹੈ। ਤੁਸੀਂ ਹਾਈਲਾਈਟਸ ਦੇ ਵਿੱਚ ਦੇਖ ਲਿਆ ਹੋਣਾ ਕਿ ਅਸੀਂ ਅੱਜ ਕੀ ਬਣਾਉਣ ਜਾ ਰਹੇ ਹਾਂ, ਅਤੇ ਸਾਡੀ ਵੀਡੀਓ ਨਾਲ ਬਣੇ ਰਹੋ, ਆਓ ਦੇਖੀਏ। ਹਾਂਜੀ ਚਲੋ, ਅੱਜ ਫਿਰ ਅਸੀਂ ਮਟਰੀ ਬਣਾਉਂਦੇ ਹਾਂ। ਮਟਰੀ ਅੱਜ ਅਸੀਂ ਮੈਦੇ ਤੋਂ ਤਿਆਰ ਕਰਾਂਗੇ, ਲੇਕਿਨ ਅਗਰ ਅਸੀਂ ਘਰ ਵਿੱਚ ਕੋਈ ਵੀ ਚੀਜ਼ ਮੈਦੇ ਦੀ ਬਣਾਈ ਖਾਂਦੇ ਹਾਂ ਤਾਂ ਉਹ ਉਨਾ ਨੁਕਸਾਨ ਨਹੀਂ ਕਰਦੀ ਜਿੰਨੀ ਅਸੀਂ ਬਾਜ਼ਾਰ ਤੋਂ ਲਿਆ ਕੇ ਖਾਂਦੇ ਹਾਂ। ਹੁਣ ਅਸੀਂ ਦੇਖਦੇ ਹਾਂ ਕਿ ਅਸੀਂ ਕਿਸ ਤਰੀਕੇ ਦੇ ਨਾਲ ਮੈਦਾ ਜਿਹੜਾ ਆ ਉਹਦਾ ਡੋ ਬਣਾਉਂਦੇ ਹਾਂ, ਔਰ ਫਿਰ ਅੱਗੇ ਦੇਖਦੇ ਹਾਂ। ਹਾਂਜੀ, ਮਟਰੀ ਬਣਾਉਣ ਲਈ ਮੈਂ ਇੱਕ ਕੌਲੀ ਜਿਹੜੀ ਆ ਮੈਦਾ ਲੈ ਲਿਆ ਆ। ਹੁਣ ਇਹਨੂੰ ਅਸੀਂ ਇੱਕ ਬਾਊਲ 'ਚ ਪਾ ਲਾਂਗੇ। ਹਾਂਜੀ, ਥੋੜ੍ਹਾ ਜਿਹਾ ਅਸੀਂ ਨਮਕ ਪਾ ਲਿਆ ਆ, ਥੋੜ੍ਹੀ ਜਿਹੀ ਅਸੀਂ ਅਜਵਾਇਣ ਜਿਹੜੀ ਆ ਉਹਨੂੰ ਇਸ ਤਰ੍ਹਾਂ ਕਰਕੇ ਅਸੀਂ ਪਾ ਲਿਆ ਆ। ਹਾਂਜੀ, 3 ਕੁ ਚਮਚ ਅਸੀਂ ਦੇਸੀ ਘਿਓ ਪਾ ਲੈਣੇ ਆ, ਇਹਦੇ ਨਾਲ ਜਿਹੜੀ ਮਟਰੀ ਆ ਬਹੁਤ ਕੁਰਕੁਰੀ ਬਣਦੀ ਆ, ਅਤੇ ਇਸ ਤਰੀਕੇ ਦੇ ਨਾਲ ਤੁਸੀਂ ਵੀ ਪਾ ਲੈਣਾ। ਥੋੜ੍ਹਾ ਥੋੜ੍ਹਾ ਪਾਣੀ ਕਰਕੇ ਅਸੀਂ ਇਹਦਾ ਡੋ ਤਿਆਰ ਕਰਾਂਗੇ, ਬਿਲਕੁਲ ਥੋੜ੍ਹਾ ਥੋੜ੍ਹਾ ਪਾਣੀ ਪਾ ਕੇ ਅਸੀਂ ਡੋ ਤਿਆਰ ਕਰਨਾ ਤਾਂ ਕਿ ਪਤਲਾ ਨਾ ਹੋ ਜਾਏ ਜ਼ਿਆਦਾ। ਦੇਖੋ ਇਸ ਤਰੀਕੇ ਦਾ ਅਸੀਂ ਡੋ ਜਿਹੜਾ ਆ ਤਿਆਰ ਕਰਕੇ ਰੱਖ ਲਿਆ। ਹਾਂਜੀ ਦੇਖੋ, ਅਸੀਂ ਡੋ ਬਣਾ ਕੇ ਰੱਖ ਦਿੱਤਾ ਸੀ 1/2 ਘੰਟੇ ਵਾਸਤੇ। 1/2 ਘੰਟੇ ਤੋਂ ਬਾਅਦ ਅਸੀਂ ਡੋ ਜਿਹੜਾ ਆ ਉਹਨੂੰ ਚੈੱਕ ਕਰ ਲੈਂਦੇ ਹਾਂ, ਅਤੇ ਦੇਖੋ ਇਹ ਬਹੁਤ ਵਧੀਆ ਜਿਹੜਾ ਡੋ ਆ ਤਿਆਰ ਹੋਇਆ ਆ, ਸੋਫਟ ਵੀ ਆ ਔਰ ਹਾਰਡ ਵੀ ਆ। ਓਇਲ ਜਿਹੜਾ ਲਗਾ ਕੇ ਹੱਥ ਨੂੰ ਇਹਨੂੰ ਇੱਕ ਵਾਰੀ ਫਿਰ ਅਸੀਂ ਇਸ ਤਰ੍ਹਾਂ ਸੈੱਟ ਕਰ ਲਈਏ ਤਾਂ ਕਿ ਜਿਹੜਾ ਇਹ ਡੋ ਆ ਅੱਛੇ ਤਰੀਕੇ ਦੇ ਨਾਲ ਸੈੱਟ ਹੋ ਸਕੇ। ਹਾਂਜੀ ਦੇਖੋ, ਗਰੀਸ ਕਰਕੇ ਆਪਾਂ ਡੋ ਜਿਹੜਾ ਆ ਬਹੁਤ ਸਮੂਥ ਕਰ ਲਿਆ ਆ। ਹੁਣ ਅਸੀਂ ਇਹਦੇ 2 ਪਾਰਟ ਕਰ ਲਾਂਗੇ। ਦੇਖੋ ਇਸ ਤਰੀਕੇ ਦੇ ਨਾਲ ਇਹਨੂੰ ਆਪਾਂ ਕਰਾਂਗੇ, ਫਿਰ ਇਹਦੇ ਇਕੁਅਲ ਜਿਹੜੇ ਆ 2 ਜਿਹੜੇ ਆ ਪਾਰਟ ਇਸ ਤਰੀਕੇ ਦੇ ਨਾਲ ਅਸੀਂ ਕਰਨੇ ਆ। ਜੀ ਇਸ ਤਰੀਕੇ ਦੇ ਨਾਲ ਅਸੀਂ 2 ਜਿਹੜੇ ਇਕੁਅਲ ਪਾਰਟ ਜਿਹੜੇ ਪੇੜੇ ਬਣਾ ਲਏ ਆ। ਇਹ ਚਕਲਾ ਉਹਨੂੰ ਵੀ ਹਲਕਾ ਜਿਹਾ ਗਰੀਸ ਕਰ ਲੈਣਾ ਆ, ਪੇੜਾ ਰੱਖ ਲੈਣਾ ਆ। ਇਸ ਤਰੀਕੇ ਦੇ ਨਾਲ ਅਸੀਂ ਇਹਨੂੰ ਵੇਲ ਕੇ ਇੱਕ ਰੋਟੀ ਦੀ ਸ਼ੇਪ ਵਰਗਾ ਅਸੀਂ ਤਿਆਰ ਕਰ ਲੈਣਾ, ਪਰ ਰੋਟੀ ਤੋਂ ਥੋੜ੍ਹਾ ਜਿਹਾ ਇਹ ਮੋਟਾ ਅਸੀਂ ਤਿਆਰ ਕਰਨਾ, ਰੋਟੀ ਜ਼ਿਆਦਾ ਪਤਲੀ ਹੁੰਦੀ ਆ, ਇਹ ਅਸੀਂ ਥੋੜ੍ਹਾ ਜਿਹਾ ਮੋਟਾਈ ਵਿੱਚ ਅਸੀਂ ਇਹਨੂੰ ਵੇਲ ਲਵਾਂਗੇ। ਹਾਂਜੀ ਦੇਖੋ, ਅਸੀਂ ਇਹ ਰੋਟੀ ਦੀ ਸ਼ੇਪ ਦਾ ਅਸੀਂ ਵੇਲ ਕੇ ਇਹਨੂੰ ਤਿਆਰ ਕਰ ਲਿਆ ਹੈ। ਦੇਖੋ ਇੰਨੀ ਕੁ ਇਹ ਮੋਟਾਈ ਵਿੱਚ ਰੱਖਣੀ ਆ, ਰੋਟੀ ਅਸੀਂ ਜ਼ਰਾ ਬਰੀਕ ਵੇਲਦੇ ਹਾਂ, ਇਹ ਜਿਹੜੀ ਹੈ ਇੰਨੀ ਮੋਟੀ ਰੱਖਣੀ ਹੈ। ਹੁਣ ਅਸੀਂ ਇਹਦੀ ਕਟਿੰਗ ਕਰਦੇ ਹਾਂ। ਦੇਖੋ ਇਸ ਤਰੀਕੇ ਦੇ ਨਾਲ ਇਹਦੀ ਜਿਹੜੀ ਕਟਿੰਗ ਆਪਾਂ ਕਰਾਂਗੇ। ਹਾਂਜੀ, ਇੱਕ ਇੱਕ ਚੀਜ਼ ਜਿਹੜੀ ਆ ਉਹਨੂੰ ਅਸੀਂ ਇਸ ਤਰ੍ਹਾਂ ਉਠਾ ਕੇ ਸਾਈਡ 'ਤੇ ਰੱਖਦੇ ਜਾਣਾ ਹੈ। ਹਾਂਜੀ, ਦੂਸਰਾ ਪੇੜਾ ਜਿਹੜਾ ਆ ਉਹਨੂੰ ਵੀ ਅਸੀਂ ਇਸ ਤਰੀਕੇ ਦੇ ਨਾਲ ਰੋਟੀ ਦੀ ਸ਼ੇਪ ਦਾ ਵੇਲ ਲਵਾਂਗੇ। ਹਾਂਜੀ ਦੇਖੋ,
ਮਟਰੀ ਜਿਹੜੀ ਆ ਅਸੀਂ ਕੱਟ ਕੇ ਤਿਆਰ ਕਰ ਲਈ ਆ। ਹੁਣ ਇੱਧਰ ਅਸੀਂ ਤੇਲ ਗਰਮ ਕਰ ਲਿਆ ਆ। ਅਤੇ ਅਸੀਂ ਜਿਹੜੀ ਅੱਗ ਆ ਉਹ ਮੀਡੀਅਮ ਰੱਖਣੀ ਆ ਤਾਂ ਕਿ ਜਿਹੜੇ ਇਹ ਜਿਹੜੇ ਆ ਆਪਣੀ ਮਟਰੀ ਆ ਵਿੱਚ ਤੱਕ ਪੱਕ ਸਕੇ। ਮੀਡੀਅਮ ਫਲੇਮ 'ਤੇ ਅਸੀਂ ਇਹ ਸਾਰਾ ਕਰਨਾ ਆ। ਹੁਣ ਅਸੀਂ ਇਹਦੇ ਵਿੱਚ ਤਲਣ ਲਈ ਇਹ ਮਟਰੀ ਨੂੰ ਪਾਵਾਂਗੇ। ਦੇਖੋ ਇਸ ਤਰੀਕੇ ਦੇ ਨਾਲ ਸਾਡੀ ਵੀਡੀਓ ਨਾਲ ਬਣੇ ਰਹੋ। ਤੁਹਾਨੂੰ ਅੱਜ ਅਸੀਂ ਮਟਰੀ ਬਣਾ ਕੇ ਦੱਸਾਂਗੇ ਹੈਲਦੀ ਵੇ ਦੇ ਨਾਲ। ਤੁਸੀਂ ਇਸ ਤਰ੍ਹਾਂ ਚੀਜ਼ ਬਣਾਉਣੀ ਹੈ ਜਿਹਨੂੰ ਅਸੀਂ ਫਰਾਈ ਕਰਨਾ ਹੋਵੇ, ਨੀਚੇ ਬਟਰ ਪੇਪਰ ਜਿਹੜਾ ਜ਼ਰੂਰ ਵਿਛਾ ਲਓ ਜਿਹਦੇ ਨਾਲ ਜਿਹੜਾ ਐਕਸਟਰਾ ਆਇਲ ਜਿਹੜਾ ਆ ਬਾਹਰ ਨਿਕਲ ਜਾਊਗਾ। ਹਾਂਜੀ ਦੇਖੋ ਕਿੰਨੀ ਕੁਰਕੁਰੀ ਜਿਹੜੀ ਮਟਰੀ ਆ ਬਣ ਕੇ ਤਿਆਰ ਹੋਈ ਆ। ਕ੍ਰਿਸਪੀ ਵੀ ਓਨੀ ਆ ਔਰ ਟੇਸਟੀ ਵੀ ਬਹੁਤ ਲੱਗ ਰਹੀ ਆ, ਕਿਉਂਕਿ ਜਦੋਂ ਮਟਰੀ 'ਚ ਅਜਵਾਇਣ ਪਾਈ ਹੋਵੇ ਤਾਂ ਉਹਦਾ ਟੇਸਟ ਜਿਹੜਾ ਆ ਦੁੱਗਣਾ ਹੋ ਜਾਂਦਾ ਆ। ਇਸੇ ਤਰੀਕੇ ਅਸੀਂ ਬਾਕੀ ਬਚਦੇ ਜਿਹੜੇ ਪੀਸਿਸ ਹੈਗੇ ਮਟਰੀ ਦੇ ਉਹ ਵੀ ਅਸੀਂ ਪਾ ਲਾਂਗੇ ਔਰ ਫਰਾਈ ਕਰ ਲਾਂਗੇ। ਹਾਂਜੀ ਇਸ ਤਰ੍ਹਾਂ ਵਿੱਚ ਤੁਸੀਂ ਪਾ ਕੇ ਇੱਕ ਵਾਰੀ ਹਿਲਾ ਦੇਣਾ ਤਾਂ ਕਿ ਆਸ ਪਾਸ ਜਿਹੜੇ ਇਹ ਵਿੱਚ ਜੁੜਨ ਨਾ। ਬਹੁਤ ਵਧੀਆ ਤਰੀਕੇ ਦੇ ਨਾਲ ਇਹ ਬਣ ਰਹੇ ਆ, ਖੁਸ਼ਬੂ ਬਹੁਤ ਵਧੀਆ ਆ ਰਹੀ ਆ ਔਰ ਬਿਲਕੁਲ ਮੀਡੀਅਮ ਜਿਹੜੀ ਅੱਗ ਅਸੀਂ ਰੱਖੀ ਆ ਜਿਹਦੇ ਨਾਲ ਇਹ ਅੰਦਰ ਤੱਕ ਪੱਕ ਕੇ ਤਿਆਰ ਹੋਣਗੇ। ਦੇਖੋ ਕਿਸ ਤਰੀਕੇ ਦੇ ਨਾਲ ਇਹ ਬਣ ਰਹੇ ਆ। ਹਾਂਜੀ ਮਟਰੀ ਦੀ ਖੁਸ਼ਬੂ ਬਹੁਤ ਵਧੀਆ ਆ ਰਹੀ ਆ। ਹੁਣ ਮੈਂ ਤੁਹਾਨੂੰ ਟੇਸਟ ਕਰਕੇ ਦੱਸੂੰਗੀ। ਬਹੁਤ ਵਧੀਆ ਮਟਰੀ ਬਣ ਕੇ ਤਿਆਰ ਹੋਈ ਹੈ, ਕੁਰਕਰੀ ਬਣੀ ਹੈ। ਹਾਂਜੀ ਦੇਖੋ ਕਿੰਨੀ ਖਸਤਾ ਬਣ ਕੇ ਤਿਆਰ ਹੋਈ ਹੈ। ਦੇਖੋ ਬਹੁਤ ਜ਼ਿਆਦਾ ਟੇਸਟੀ ਬਣੀ ਹੈ, ਬਾਜ਼ਾਰ ਨਾਲੋਂ ਕਿਤੇ ਜ਼ਿਆਦਾ ਟੇਸਟੀ ਔਰ ਹੈਲਦੀ ਹੈ। ਤੁਸੀਂ ਵੀ ਮੇਰੇ ਤਰੀਕੇ ਦੇ ਨਾਲ ਇਸ ਤਰ੍ਹਾਂ ਈਜ਼ੀ ਵੇ ਦੇ ਨਾਲ ਬਣਾ ਕੇ ਮਟਰੀ ਖਾਓ, ਹੈਲਦੀ ਰਹੋ। ਥੈਂਕ ਯੂ।